ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ son of soil ਦੇ ਹੋਣ ਦੇ ਨਾਤੇ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਔਰ ਪੰਜਾਬ ਦੇ ਇੱਕ ਜ਼ਿੰਮੇਵਾਰ ਨੁਮਾਇੰਦਾ ਹੋਣ ਦੇ ਨਾਤੇ ਜਿਸ ਮਜ਼ਬੂਤੀ ਨਾਲ ਪੰਜਾਬ ਦੇ ਪਾਣੀਆਂ ਦਾ ਪੱਖ ਕੱਲ ਰੱਖਿਆ ਹੈ ਉੱਥੋਂ ਇੱਕ ਨਵੀਂ ਡਿਬੇਟ ਸ਼ੁਰੂ ਹੋ ਗਈ ਆ ਹੁਣ ਮਸਲਾ ਅਸوی ਇਹਦਾ ਨਹੀਂ ਹੈ ਹੁਣ ਮਸਲਾ ਯਮਨਾ ਸਤਲਜ ਲਿੰਕ ਯਾਨੀ ਕਿ YSL ਦਾ ਜਿਹੜਾ ਆ ਉਹ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਤੇ ਮੈਂ ਕਿਉਂਕਿ ਅੱਜ ਮੈਂ ਅਖਬਾਰ ਪੜ੍ਹ ਰਿਆ ਸੀ ਕਾਂਗਰਸ ਦੇ ਸੀਨੀਅਰ ਲੀਡਰ ਸਹਿਬਾਨ ਵੀ ਬੜੀਆਂ ਸਲਾਵਾ ਦੇ ਰਹੇ ਸੀ ਕਹਿੰਦੇ ਅਖੇ ਜੀ ਮੁੱਖ ਮੰਤਰੀ ਜੀ ਨੂੰ ਸਾਡੇ ਅਨੁਭਵ ਦਾ ਫਾਇਦਾ ਲੈਣਾ ਚਾਹੀਦਾ ਬਾਦਲ ਸਾਹਿਬ ਵੱਲੋਂ ਵੀ ਸਟੇਟਮੈਂਟ ਆਈ ਸੁਖਵੀਰ ਸਿੰਘ ਬਾਦਲ ਸਾਹਿਬ ਵੱਲੋਂ ਅਖੇ ਜੀ ਇਹਨਾਂ ਨੂੰ ਕੁਝ ਪਤਾ ਨਹੀਂ ਹੈ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਸਾਹਮਣੇ ਕੁਝ ਹਿਸਟੋਰੀਕਲ ਫੈਕਟ ਰੱਖਦਾ ਕਿ ਪੰਜਾਬ ਦੇ ਪਾਣੀਆਂ ਤੇ ਮਸਲਿਆਂ ਤੇ ਕਿਸ ਤਰੀਕੇ ਨਾਲ ਪਿਛਲੇ ਸਾਲਾਂ ਚ ਨਿੱਜੀ ਸਵਾਰਥ ਅੱਗੇ ਰੱਖੇ ਗਏ ਤੇ ਪੰਜਾਬ ਦੇ ਹਿੱਤ ਜਿਹੜੇ ਆ ਉਹਨਾਂ ਤੇ ਕੰਪਰੋਮਾਈਜ਼ ਕੀਤਾ ਗਿਆ 1 ਮਾਰਚ 1978 ਚੌਧਰੀ ਦੇਵੀ لال ਜਿਹੜੇ ਉਸ ਟਾਈਮ ਹਰਿਆਣੇ ਦੇ ਮੁੱਖ ਮੰਤਰੀ ਸੀ ਉਹ ਵਿਧਾਨ ਸਭਾ ਆਹੀ ਵਿਧਾਨ ਸਭਾ ਜਿਹੜੀ ਪੰਜਾਬ ਦੇ ਸੈਕਟਰੀਏਟ ਚ ਹੈ ਹਰਿਆਣੇ ਦੀ ਵਿਧਾਨ ਸਭਾ ਉਸ ਟਾਈਮ ਦੇ ਮੁੱਖ ਮੰਤਰੀ ਦੇਵੀ لال ਜੀ ਪੰਜਾਬ ਹਰਿਆਣਾ ਵਿਧਾਨ ਸਭਾ ਨੂੰ ਸੰਬੋਧਨ ਹੋਏ ਕਹਿ ਰਿਹਾ ਔਰ ਮੈਂ ਤੁਹਾਨੂੰ ਸੁਣਾ ਰਿਹਾ ਹੈ ਸ੍ਰੀਮਾਨ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀ ਲੀਡਰ ਆਫ اپੋਜੀਸ਼ਨ ਉਸ ਟਾਈਮ ਰਾਓ ਸਾਹਿਬ ਸੀਗੇ ਉਹਦਾ ਧਿਆਨ ਖਿੱਚਣਾ ਚਾਹੁੰਦਾ ਹੈ ਕਿ ਜਿਹੜਾ ਮਸਲਾ ਪਾਣੀਆਂ ਦਾ ਕਈ ਸਾਲਾਂ ਤੋਂ اٹਕਿਆ ਸੀ ਜਿਹਦੇ ਚ ਕਾਂਗਰਸ ਦੀ ਸੈਂਟਰ ਚ ਵੀ ਸਰਕਾਰ ਸੀ ਹਰਿਆਣੇ ਚ ਵੀ ਸੀ ਪੰਜਾਬs ਵੀ ਤਾਂ ਵੀ ਨਹੀਂ ਨਿਬੜਿਆ ਉਸ ਮਸਲੇ ਤੇ ਮੈਂ ਦੇਵੀ ਲਾਲ ਜੀ ਕਹਿ ਰਹੇ ਗੱਲ ਨੋਟ ਕਰਨ ਵਾਲੀ ਆ ਮੈਂ ਬਾਦਲ ਸਾਹਿਬ ਜਿਹੜੇ ਉਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨਾਲ ਆਪਣੇ ਨਿੱਜੀ ਰਿਸ਼ਤਿਆਂ ਦਾ ਫਾਇਦਾ ਠੋਂਦੇ ਹੋਏ ਉਹਨਾਂ ਨੂੰ ਇਸ ਗੱਲ 'ਈ ਮਨਜ਼ੂਰ ਮਨਜ਼ੂਰ ਕਰ ਲਿਆ ਉਹਨਾਂ ਨੂੰ ਮਨਾਲਿਆ ਕਿ ਆਉਣ ਵਾਲੇ ਟਾਈਮ 'ਚ ਪੰਜਾਬ 'ਚੋਂ S Y L ਕੱਢੀ ਜਾਊਗੀ ਔਰ ਬਾਦਲ ਸਾਹਿਬ ਇੱਕ ਚਿੱਠੀ 20 ਫਰਵਰੀ 1978 'ਚ ਬਤਾਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਨੋਟੀਫਿਕੇਸ਼ਨ ਕੱਢਦੇ ਅੰਡਰ ਸੈਕਸ਼ਨ ਲੈਂਡ ਐਕ acquisition ਐਕਟ 8094 ਲੈਟਰ ਨੰਬਰ 113 ਅਬਲੀਕ 5 1978 ਚ ਜਿਹਦੇ ਰਾਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਅੰਡਰ ਐਕਟ 8094 ਜ਼ਮੀਨ ਅਤੀ ਗ੍ਰਹਿਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਆ ਕਿ ਜ਼ਮੀਨ ਜਿਹੜੀ ਆ ਰਾਜਪੁਰੇ ਔਰ ਪਟਿਆਲੇ ਦੇ ਏਰੀਏ ਚ ਅਕਵਾਇਰ ਕਰ ਲਈ ਜਾਵੇ ਐਸਆਈਐਲ ਬਣਾਉਣ ਲਈ ਔਰ ਐਸੇ ਨੋਟੀਫਿਕੇਸ਼ਨ ਦਾ ਬੇਸ ਬਣਾ ਕੇ ਚੌਧਰੀ ਦੇਵੀ لال ਜਿਹੜੇ ਮੁੱਖ ਮੰਤਰੀ ਹਰਿਆਣੇ ਦੇ ਆ ਉਹ ਹਰਿਆਣਾ ਦੀ ਵਿਧਾਨ ਸਭਾ ਨੂੰ ਇਹ ਖੁਸ਼ਖਬਰੀ ਸੁਣਾ ਰਿਹਾ ਸੋ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਬਾਦਲ ਸਾਹਿਬ ਆਪਣੇ ਆਪ ਨੂੰ ਬਰੀ ਹੋਣਾ ਚਾਹੁੰਦੇ ਇਸ ਮਸਲੇ ਤੋਂ ਉਹਨਾਂ ਦੀ ਜਿਹੜੀ ਕਰਤੂਤੇ ਔਨ ਰਿਕਾਰਡ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਦਰਬਾਰਾ ਸਿੰਘ ਕਿਉਂਕਿ 1980 ਚ ਕਾਂਗਰਸ ਦੀ ਸਰਕਾਰ ਪੰਜਾਬ ਚ ਆ ਜਾਂਦੀ ਹੈ ਬਾਦਲ ਸਾਹਿਬ ਹਾਰ ਜਾਂਦੇ ਆ ਔਰ ਇਨ ਬਿਟਵੀਨ ਜਿਹੜਾ ਚੌਧਰੀ ਦੇਵੀ لال ਜੀ ਨੇ ਸਮਾਗਮ ਦਾ ਜ਼ਿਕਰ ਕੀਤਾ ਔਰ ਚ ਬਤੌਰ ਮੁੱਖ ਮਹਿਮਾਨ ਗੁਰਚਰਨ ਸਿੰਘ ਟੋੜਾ ਸਾਹਿਬ ਨੂੰ ਸੱਦਣਾ ਸੀ ਜਦੋਂ ਟੋੜਾ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਇਸ ਗੱਲ ਦਾ ਰੌਲਾ ਪਾ ਲੈਂਦੇ ਆ ਪੰਜਾਬ ਚ ਇੱਕ ਬਹੁਤ ਵੱਡਾ ਵਿਰੋਧ ਪੈਦਾ ਹੋ ਜਾਂਦਾ ਤੇ ਬਾਦਲ ਸਾਹਿਬ ਚੁੱਪੀ ਸਾਧ ਲਿੰਦੇ ਇਸ ਮਸਲੇ ਤੇ ਉਸ ਤੋਂ ਬਾਅਦ ਬਾਦਲ ਸਾਹਿਬ ਦੀ ਸਰਕਾਰ ਚਲੇ ਜਾਂਦੀ ਆ 1980 ਚ ਦਰਬਾਰਾ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਬੜਦੇ ਆ ਔਰ ਦਰਬਾਰਾ ਸਿੰਘ ਬਤੌਰ ਮੁੱਖ ਮੰਤਰੀ 22 ਜੁਲਾਈ 1981 ਨੂੰ ਇੰਦਰਾ ਗਾਂਧੀ ਇੱਕ ਮੀਟਿੰਗ ਕਨਵੀਨ ਕਰਦੀ ਹੈ ਬਤੌਰ ਦੇਸ਼ ਦੀ ਪ੍ਰਧਾਨ ਮੰਤਰੀ ਜਿਹਦੇ ਚ ਹਰਿਆਣਾ ਪੰਜਾਬ ਐਂਡ ਰਾਜਸਥਾਨ ਤਿੰਨਾਂ ਮੁੱਖ ਮੰਤਰੀਆਂ ਨੂੰ ਸੱਦਿਆ ਜਾਂਦਾ ਔਰ ਦਰਬਾਰਾ ਸਿੰਘ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਹੀ ਹਿਦਾਇਤ ਦਿੱਤੀ ਜਾਂਦੀ ਆ ਜਾਂ ਤੇ ਜਿਹੜਾ ਪਾਣੀ ਆ ਜਿਹੜਾ ਹਰਿਆਣਾ ਔਰ ਰਾਜਸਥਾਨ ਵੰਡਿਆ ਜਾ ਰਿਹਾ ਉਸ ਡਾਕੂਮੈਂਟ ਤੇ ਸਾਈਨ ਕਰ ਦੋ ਜਾਂ ਮੁੱਖ ਮੰਤਰੀ ਦੀ ਕੁਰਸੀ ਛੱਡ ਦੋ ਔਰ ਦਰਬਾਰਾ ਸਿੰਘ ਕੁਰਸੀ ਨਹੀਂ ਛੱਡਦੇ ਪੰਜਾਬ ਦੇ ਪਾਣੀਆਂ ਤੇ ਕੰਪਰੋਮਾਈਜ਼ ਕਰ ਲੈਂਦੇ ਆ ਔਰ ਪੰਜਾਬ ਤੇ ਆਉਣ ਵਾਲੀ ਜਿਹੜੀ ਜਵਾਨੀ ਦਾ ਭਵਿੱਖ ਹੈ ਉਹਨੂੰ ਅੰਧਕਾਰ ਚ ਵਾਲੇ ਪਾਸੇ ਲੈ ਕੇ ਜਾਂਦੇ ਜਿਹੜੀ ਕਾਂਗਰਸ ਜਿਹੜੀ ਅੱਜ ਬਹੁਤ ਜਿਹੜੇ ਬਾਜਵਾ ਸਾਹਿਬ ਕਹਿ ਰਹੇ ਸੀ ਨਾ ਸਾਡੇ ਕੋਲ ਸਲਾਹ ਲੈ ਲੋ ਇਹਨਾਂ ਦੇ ਵੀ ਉਸ ਟਾਈਮ ਵੱਡੇ-ਵਡੇਰੇ ਲੀਡਰ ਸੀ ਕਾਂਗਰਸ ਦੇ ਇਹ ਕਾਂਗਰਸ ਦੇ ਮੁੱਖ ਮੰਤਰੀ 1981 ਚ ਸਾਈਨ ਕਰ ਦਿੰਦੇ ਆ ਬਤੌਰ ਮੁੱਖ ਮੰਤਰੀ ਕਿ ਪਾਣੀ ਦੇ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਔਰ ਹਲਫਨਾਮਾ ਸੁਪਰੀਮ ਕੋਰਟ ਚ ਵੀ ਦੇ ਦਿੱਤਾ ਜਾਂਦਾ ਔਰ ਸੁਪਰੀਮ ਕੋਰਟ ਇਸ ਸਾਰੀ ਪਿਕਚਰ ਚ ਆ ਜਾਂਦਾ ਉਸ ਤੋਂ ਬਾਅਦ ਇੱਕ ਲੀਡਰ ਦਾ ਹੋਰ ਮੈਂ ਜ਼ਿਕਰ ਕਰੂੰਗਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਮੈਂ ਪਿਛਲੇ 3-4 ਦਿਨ ਤੋਂ ਦੇਖ ਰਿਹਾ ਕਦੀ ਟਵੀਟ ਕਰ ਰਿਹਾ ਸੰਘ ਵੀ ਪਾੜ ਰਿਹਾ ਆ ਆਖੇ ਭਗਵੰਤ ਸਿੰਘ ਮਾਨ ਸਾਹਿਬ ਨੂੰ ਤੇ ਕੁਝ ਪਤਾ ਹੀ ਨਹੀਂ ਆ ਮੇਰੇ ਕੋਲ ਸਲਾਹ ਲੈਣ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਦੇ ਉਹ 8 April 1982 ਨੂੰ ਬਤੌਰ ਕਾਂਗਰਸ ਮੈਂਬਰ ਪਾਰਲੀਮੈਂਟ ਕਪੂਰੀ ਵਿੱਚ ਜਦੋਂ एसवाईएल ਦਾ ਨੀ ਪੱਥਰ ਰੱਖਿਆ ਜਾਂਦਾ ਚਾਂਦੀ ਦੀ ਕਈ ਲੈ ਕੇ ਉੱਥੇ ਇੰਦਰਾ ਗਾਂਧੀ ਨੂੰ ਦਿੰਦੇ ਆ ਸੋ ਇਹ ਸਾਰਾ ਇਤਿਹਾਸਿਕ ਪੁਛੋਕੜ ਹੈ ਚਾਹ ਬਾਦਲ ਸਾਹਿਬ ਦਾ ਵੀ ਮੈਂ ਜ਼ਿਕਰ ਕੀਤਾ ਵਿਦ ਨੋਟੀਫਿਕੇਸ਼ਨ ਕੀਤਾ ਉਹਨਾਂ ਨੇ ਜ਼ਮੀਨ ਕੋਈ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਦਰਬਾਰਾ ਸਿੰਘ ਨੇ ਹਲਫਨਾਮਾ ਦਿੱਤਾ ਕੈਪਟਨ ਮਰਿੰਦਰ ਸਿੰਘ ਨੇ ਚਾਂਦੀ ਦੀ ਕਈ ਦਿੱਤੀ ਔਰ ਪੰਜਾਬ ਦੇ ਪਾਣੀਆਂ ਤੇ ਕੰਪਰੋਮਾਈਜ਼ ਕੀਤਾ ਜੇ ਉਸ ਟਾਈਮ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਹੁੰਦਾ ਤੇ ਹਾਲਾਤ ਇਹ ਨਹੀਂ ਬਣਨੇ ਸੀ ਕਿਉਂ ਕਿ ਰਾਈਪੇਰੀਅਨ ਜਿਹੜਾ ਪ੍ਰਿੰਸੀਪਲ ਹੈ ਜਿਹਦੇ ਆਧਾਰ ਤੇ ਦੁਨੀਆ ਭਰ ਚ ਪਾਣੀ ਦੇ ਸਮਝੌਤੇ ਹੋਏ ਆ ਰਾਈਪੇਰੀਅਨ ਪ੍ਰਿੰਸੀਪਲ ਇਹ ਕਹਿੰਦਾ ਜਿਹੜੇ ਸੂਬੇ ਚੋਂ ਪਾਣੀ ਵਗਦਾ ਉਹਦਾ ਪਹਿਲਾ ਅਧਿਕਾਰ ਹੈ ਜੇ ਉਹਦੇ ਕੋਲ ਪਾਣੀ ਕਿਸੇ ਨੂੰ ਦੇਣਾ ਚਾਹੁੰਦਾ ਨਹੀਂ ਦੇਣਾ ਚਾਹੁੰਦਾ ਲੇਕਿਨ ਕਨਸਟੀਟਿਊਸ਼ਨਲੀ ਸੰਵਿਧਾਨਿਕ ਤੌਰ ਤੇ ਸਭ ਤੋਂ ਪਹਿਲਾ ਅਧਿਕਾਰ ਉਹਦਾ ਹੀ ਬਣਦਾ ਔਰ ਇਸੇ ਹੀ ਕਾਨੂੰਨ ਦੇ ਅਧਾਰ ਤੇ ਇਸੇ ਪ੍ਰਿੰਸੀਪਲ ਦੇ ਅਧਾਰ ਤੇ ਚਾਹੇ ਕੈਵੇਰੀ ਵਾਟਰ ਡਿਸਪਿਊਟ ਦੀ ਗੱਲ ਕਰ ਲਓ ਚਾਹੇ 1960 ਚ ਜਦੋਂ ਮਹਾਰਾਸ਼ਟਰ ਔਰ ਗੁਜਰਾਤ ਚ ਬਣਦੇ ਆ ਦੋ ਸਟੇਟਾ ਬਣਦੇ ਆ ਬੰਬੇ ਐਕਟ ਦੇ ਰਾਹੀਂ ਉਸ ਦੌਰਾਨ ਵੀ ਪਾਣੀਆਂ ਦੀ ਵੰਡ ਦਾ ਅਧਿਕਾਰ ਪਹਿਲਾ ਰਾਈਪੇਰੀਅਨ ਸਟੇਟ ਨੂੰ ਦਿੱਤਾ ਜਾਂਦਾ ਲੇਕਿਨ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਔਰ ਪੰਜਾਬ ਦੇ ਵਿਤਕਰੇ ਚ ਚਾਹੇ ਉਹ ਬਾਦਲ ਸਾਹਿਬ ਦੀ ਸਰਕਾਰ ਆ ਰਹੀਆਂ ਹੋਣ ਚਾਹੇ ਕਾਂਗਰਸ ਦੀ ਸਰਕਾਰ ਆ ਰਹੀਆਂ ਹੋਣ ਇਹਨਾਂ ਨੇ ਸਿਵਾਏ ਆਪਣੇ ਨਿੱਜੀ ਹਿੱਤਾਂ ਤੋਂ ਕਦੀ ਵੀ ਪੰਜਾਬ ਦੇ ਭਲੇ ਲਈ ਕੋਈ ਫੈਸਲਾ ਲਿਆ ਨਹੀਂ ਤੇ ਇਹ ਹਾਲਾਤ ਇਥੋਂ ਤੱਕ ਬਦਤਰ ਨਹੀਂ ਬਣਨੇ ਸੀ। ਔਰ ਬਤੌਰ ਮੁੱਖ ਮੰਤਰੀ ਬਾਦਲ ਸਾਹਿਬ ਨੇ 1978 ਚ 3 ਕਰੋੜ ਰੁਪਏ ਦੀ ਚੈੱਕ ਦੀ ਡਿਮਾਂਡ ਵੀ ਚੌਧਰੀ ਦੇਵੀ لال ਜਿਹੜੇ ਕਹਿੰਦੇ ਬਾਦਲ ਸਾਹਿਬ ਨਾਲ ਮੇਰੇ ਨਿੱਜੀ ਸੰਬੰਧ ਸੀ ਔਰ ਆਪਣੇ ਨਿੱਜੀ ਸੰਬੰਧਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਇਸ ਮਸਲੇ ਨੂੰ ਹੱਲ ਕਰਾ ਲਿਆ ਉਹਨਾਂ ਤੋਂ S Y L ਦੀ ਕੰਸਟਰਕਸ਼ਨ ਵਾਸਤੇ 3 ਕਰੋੜ ਚੈੱਕ ਦੀ ਜਿਹੜੀ ਆ ਉਹ ਡਿਮਾਂਡ ਵੀ ਕਰਦੇ ਆ ਇਹ ਵੀ ਔਨ ਰਿਕਾਰਡ ਗੱਲਾਂ ਲੇਕਿਨ ਅੱਜ ਪੰਜਾਬ 'ਚ ਪੰਜਾਬ ਦੇ 3 ਕਰੋੜ ਲੋਕਾਂ ਦੇ ਭਰੋਸੇ ਨਾਲ ਉਹਨਾਂ ਦੀਆਂ ਉਮੀਦਾਂ ਨਾਲ ਔਰ ਇੱਕ ਉਸ ਸ਼ਖਸੀਅਤ ਨੂੰ ਕਮਾਂਡ ਦਿੱਤੀ ਆ ਜਿਹਨੂੰ ਸਭ ਤੋਂ ਪਹਿਲਾਂ ਪੰਜਾਬ ਦਾ ਦਰਦ ਜਿੰਨੂੰ ਸਿਰਫ ਤੇ ਸਿਰਫ ਦਿਨ ਰਾਤ ਪੰਜਾਬ ਦੇ ਨੌਜਵਾਨਾਂ ਦੀ ਭਵਿੱਖ ਦੀ ਫਿਕਰ ਰਹਿੰਦੀ ਆ ਔਰ ਮਾਨ ਸਾਹਿਬ ਨੇ ਪਿਛਲੀਆਂ ਦੋ ਮੀਟਿੰਗਾਂ ਜਿਹੜੀਆਂ ਹੋਈਆਂ ਚਾਹੇ ਪਿਛਲੀ ਖੱਟਰ ਸਾਹਿਬ ਨਾਲ ਚੰਡੀਗੜ੍ਹ ਚ ਹੁੰਦੀ ਆ ਜਾਂ ਜਿਹੜੀ ਪਿਛਲੇ ਕੱਲ ਸੈਂਟਰਲ ਤੇ ਜਿਹੜੇ ਜਲ ਸ਼ਕਤੀ ਮੰਤਰੀ ਸ਼ਿਕਾਵਤ ਸਾਹਿਬ ਦੀ ਹਾਜ਼ਰੀ ਚ ਹੁੰਦੀ ਆ ਉਹਦੇ ਚ ਇੱਕ ਗੱਲ ਬੜੀ ਪ੍ਰੋੜਤਾ ਨਾਲ ਦ੍ਰੜਤਾ ਨਾਲ ਲੌਜੀਕਲੀ ਔਰ ਸਪਸ਼ਟ ਕਹਿਤਾ ਕਿ ਅੱਜ ਪੰਜਾਬ ਕੋ 12.63 ਐਮ ਏ ਐਫ ਮਿਲੀਅਨ ਏਕੜ ਫੀਟ ਪਾਣੀ ਹੈ ਤੇ ਹਰਿਆਣਾ ਉਸ ਤੋਂ ਛੋਟਾ ਸਟੇਟ ਹੈ ਉਹਦੇ ਕੋ 14.1 ਐਮ ਏ ਐਫ ਪਾਣੀ ਹੈ ਤੇ ਅੱਜ ਪੰਜਾਬ ਅੱਜ ਐਸ ਵਾਈ ਐਲ ਦੀ ਲੋੜ ਨਹੀਂ ਹੈ ਅੱਜ ਲੋੜ ਹੈ ਵਾਈ ਐਸ ਐਲ ਦੀ ਔਰ ਇਹ ਇੱਕ ਨਵੇਂ ਸਿਰੇ ਤੋਂ ਡਿਬੇਟ ਸ਼ੁਰੂ ਹੋਈ ਆ ਕਿਉਂਕਿ ਯਮਨਾ ਚੋਂ ਅਗਰ ਜੇ ਤੁਸੀਂ ਰਾਈਪੇਰੀਅਨ ਸਟੇਟ ਦੇ ਆਧਾਰ ਤੇ ਪੰਜਾਬ ਤੋਂ ਪਾਣੀ ਦੀ ਮੰਗ ਕਰਦੇ ਹੋ ਤੇ ਫਿਰ ਜਮਨਾ ਜਿਹੜੀ ਆ ਉਹਦੇ ਤੋਂ ਪੰਜਾਬ ਦਾ ਅਧਿਕਾਰ ਵੀ ਬਣਦਾ ਹੈ ਔਰ ਪੰਜਾਬ ਦਾ ਏਰੀਆ ਹਰਿਆਣੇ ਤੋਂ ਜ਼ਿਆਦਾ ਆ ਪੰਜਾਬ ਦਾ 117 ਜਿਹੜੇ ਜ਼ੋਨ ਆ ওয়াਟਰ ਉਹ ਡਾਰਕ ਜ਼ੋਨ ਚ ਹੈ ਪੰਜਾਬ ਚ ਪਾਣੀ ਦੀ ਜਿਹੜੀ ਗਰਾਊਂਡ ওয়াਟਰ ਹੈ ਉਹਦੀ ਹਾਲਾਤ ਬੜੀ ਮਤਲਬ ਮੁਸ਼ਕਲ ਪਰੇ ਹਾਲਾਤ ਬਣ ਚੁੱਕੇ ਆ ਹਜ਼ਾਰਾਂ ਏਕੜ ਸੁੱਕੇ ਦੀ ਮਾਰ ਹੇਠਾਂ ਆ ਅੱਜ ਅਗਰ ਜ਼ਰੂਰਤ ਹੈ ਤੇ ਪੰਜਾਬ ਨੂੰ ਪਾਣੀ ਦੇਣ ਦੀ ਜ਼ਰੂਰਤ ਹੈ ਰੇਸੇ ਕਰਕੇ ਅਸੀਂ ਇਹ ਮੰਗ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਜੀ ਨੇ ਕਿ ਐਸਵਾਈਐਲ ਨਹੀਂ ਵਾਈਐਸਐਲ ਦਾ ਨਿਰਮਾਣ ਕੀਤਾ ਜਾਵੇ ਔਰ ਪੰਜਾਬ ਨੂੰ ਜਿਹੜਾ ਆ ਉਹਦਾ ਬਣਦਾ ਅਧਿਕਾਰ ਦਿੱਤਾ ਜਾਵੇ ਔਰ ਸੈਂਟਰ ਦੀ ਸਰਕਾਰ ਤੋਂ ਕਿਉਂਕਿ ਇੰਦਰਾ ਗਾਂਧੀ ਦੇ ਟਾਈਮ ਵੀ ਸੈਂਟਰ ਨੇ ਸਾਡੇ ਨਾਲ ਵਧੀਆਂ ਕੀਤੀਆਂ ਔਰ ਮੋਤੀ ਸਾਹਿਬ ਨੂੰ ਵੀ ਅਸੀਂ ਗੁਜਾਰਿਸ਼ ਕਰਦੇ ਹਾਂ ਕਿ ਅੱਜ ਪੰਜਾਬ ਦੀ ਇਸ ਮੁਸ਼ਕਲ ਦੀ ਘੜੀ 'ਚ ਇਰੀਗੇਸ਼ਨ ਮਹਿਕਮੇ ਵਾਸਤੇ ਵੀ ਫਾਈਨੈਂਸ਼ੀਅਲ ਅਸਿਸਟੈਂਟ ਜਾਰੀ ਕਰੇ ਔਰ YSL ਦੇ थ्रू ਯਮਨਾ ਦਾ ਜਿਹੜਾ ਪਾਣੀ ਜਿਹੜਾ ਕਿ ਗੁਜਰਾਤ ਉਧਰ ਆਪਣਾ ਬਿਹਾਰ ਔਰ ਈਸਟਰਨ ਯੂਪ ਵਿੱਚ ਤਬਾਈ ਲਿਆ ਹੁੰਦਾ ਉਹਨੂੰ ਪੰਜਾਬ ਵੱਲ ਭੇਜ ਕੇ ਪੰਜਾਬ ਨੂੰ ਪਾਣੀ ਦੀ ਜਿਹੜੀ ਆ ਇਸ ਮੁਸ਼ਕਲ ਘੜੀ ਚੋਂ ਪਾਣੀ ਦਿੱਤਾ ਜਾਵੇ ਔਰ ਅੱਜ YSL ਦੀ ਲੋੜ ਹੈ ਔਰ ਅਸੀਂ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਜੀ ਨੇ ਕੱਲ ਜਿਹੜਾ ਪ੍ਰੋ ਪੰਜਾਬ ਮਜਬੂਤੀ ਨਾਲ ਆਪਣਾ ਪੱਖ ਰੱਖਿਆ ਉਹਨਾਂ ਦਾ ਧੰਨਵਾਦ ਕਰਦੇ ਉਹਨਾਂ ਦਾ ਸਵਾਗਤ ਕਰਦੇ ਆ ਔਰ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਂਦੇ ਆ ਕਿ ਆਉਣ ਵਾਲੇ ਟਾਈਮ 'ਚ ਵੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਇਸੇ ਤਰੀਕੇ ਨਾਲ ਪੰਜਾਬੀਆਂ ਦੀਆਂ ਉਮੀਦਾਂ ਤੇ ਖਰੇ ਉਤਰੇ ਸੁਖਵੀਰ ਬਾਦਲ ਕਹਿੰਦੇ ਕਿ ਪਾਣੀ ਹੈ ਨਹੀਂ ਜਮੀਨ ਹੈ ਨਹੀਂ ਤੇ ਮੀਟਿੰਗ ਕਰਨੀ ਨਹੀਂ ਪਈ ਦੀ ਕਿਸੇ ਮੀਟਿੰਗ ਤੇ ਜਾਣਾ ਨਹੀਂ ਪਈ ਦੇਖੋ ਸੁਖਵੀਰ ਬਾਦਲ ਹੁਣਾਂ ਨੂੰ ਤੇ ਇਸ ਗੱਲ ਦਾ ਫਿਕਰ ਹੈ ਕਿ ਜਿਹੜਾ 1900 78 ਵਾਲਾ ਬਾਦਲ ਸਾਹਿਬ ਨੇ ਨੋਟੀਫਿਕੇਸ਼ਨ ਲੈਂਡ ਐਕਵੀਜ਼ੀਸ਼ਨ ਵਾਸਤੇ ਜਾਰੀ ਕੀਤਾ ਸੀ ਉਹਦੀਆਂ ਪਰਤਾਂ ਕਿਉਂ ਉੱਤਰਨ ਲੱਗੀਆਂ ਇਹ ਸੱਚਾਈ ਬਾਹਰ ਕਿਉਂ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੇ ਇਸ ਗੱਲ ਦਾ ਫਿਕਰ ਹੈ ਕਿ ਚੌਧਰੀ ਦੇਵੀ لال ਜੀ ਜਿਹੜੇ 1 ਮਾਰਚ 1978 ਨੂੰ ਹਰਿਆਣੇ ਦੀ ਵਿਧਾਨ ਸਭਾ ਚ ਥੋਕ ਵਜਾ ਕੇ ਕਹਿੰਦੇ ਕਿ ਬਾਦਲ ਸਾਹਿਬ ਨੇ ਮੈਂ ਆਪਣੀ ਦੋਸਤੀ ਪਗਾ ਕੇ ਉਸ ਦਾ ਫਾਇਦਾ ਲੈਂਦੇ ਹੋਏ ਹਰਿਆਣੇ ਵਾਸਤੇ ਪਾਣੀ ਦੇਣ ਵਾਸਤੇ ਬਾਦਲ ਸਾਹਿਬ ਨੂੰ ਸਹਿਮਤ ਕਰਾ ਲਿਆ ਤੇ ਇਸ ਕਰਕੇ ਉਹਨਾਂ ਨੂੰ ਤੇ ਆਪਣੀਆਂ ਜਿਹੜੀਆਂ ਪੁਰਾਣੀਆਂ ਕਰਤੂਤਾ ਉਹਨਾਂ ਤੋਂ ਪੜਦੇ ਜਿਹੜੇ ਬਾਹਰ ਹੋ ਰਹੀਆਂ ਬੇਪਰਦਾ ਹੋ ਰਹੀਆਂ ਉਹਦਾ ਫਿਕਰ ਇਸ ਕਰਕੇ ਉਹ ਕਹਿੰਦੇ ਇਹ ਮਸਲੇ ਨਾ ਛੇੜੋ ਕਿਉਂ ਨਾ ਛੇੜੋ ਕਿਉਂ ਨਾ ਛੇੜਿਆ ਜਾਵੇ ਪੰਜਾਬ ਵੱਡੀ ਸਟੇਟ ਹੋਣ ਦੇ ਬਾਵਜੂਦ ਪੰਜਾਬ ਨੂੰ 12.63 ਐਮਐਫ ਪਾਣੀ ਮਿਲ ਰਿਹਾ ਹਰਿਆਣਾ ਛੋਟੀ ਸਟੇਟ ਦੇ ਬਾਵਜੂਦ 14.1 ਐਮਐਫ ਪਾਣੀ ਮਿਲ ਰਿਹਾ ਕਿਉਂ ਨਾ ਪੰਜਾਬ ਦੀ ਪਾਣੀ ਦੀ ਪੂਰਤੀ ਕੀਤੀ ਜਾਵੇ ਇਸ ਕਰਕੇ ਬਾਦਲ ਸਾਹਿਬ ਦੇ ਜਿਹੜੀਆਂ ਕਰਤੂਤਾ ਉਹ ਸਾਹਮਣੇ ਆ ਰਹੀਆਂ ਇਸ ਗੱਲ ਦਾ ਉਹਨਾਂ ਨੂੰ ਫਿਕਰ ਹੈ ਜੀ ਸਾਹਿਬ ਇਹ ਕਹਿੰਦੇ ਕਿ ਪਾਣੀਆਂ ਦਾ ਬੁਰੀ ਇੰਨੀ ਤਰ੍ਹਾਂ ਹੈ ਪੰਜਾਬ ਸਰਕਾਰ ਦੇਖੋ ਮਾਨਯੋਗ ਸੁਪਰੀਮ ਕੋਰਟ ਚ ਹੁਣ ਤੱਕ ਚਾਹੇ ਉਹ ਦਰਬਾਰਾ ਸਿੰਘ ਦੀ ਸਰਕਾਰ ਦਾ ਮੈਂ ਜ਼ਿਕਰ ਕੀਤਾ ਜਿਹੜੇ ਐਕਚੁਅਲ ਫੈਕਟ ਹੈ ਇੱਕ ਪੰਜਾਬ ਦੇ ਪੱਖ ਤੋਂ ਜਿਹੜੇ ਰੱਖਣੇ ਚਾਹੀਦੇ ਸੀ ਉਹ ਰੱਖੇ ਨਹੀਂ ਗਏ ਸਿਰਫ ਤੇ ਸਿਰਫ ਆਪਣੇ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਉੱਥੇ ਸਮਝੌਤੇ ਕੀਤੇ ਗਏ ਸੀ ਆਨਰੇਬਲ ਸੁਪਰੀਮ ਕੋਰਟ ਚ ਪੰਜਾਬ ਦੀ ਮੌਜੂਦਾ ਪਾਣੀ ਦੀ ਸਥਿਤੀ ਪੰਜਾਬ ਦੇ ਪਾਣੀਆਂ ਤੇ ਰਾਈਪੇਰੀਅਨ ਪ੍ਰਿੰਸੀਪਲ ਦੀ ਸਥਿਤੀ ਔਰ ਜੋ ਕਨਸਟੀਟਿਊਸ਼ਨਲ ਪੰਜਾਬ ਦਾ ਅਧਿਕਾਰ ਬਣਦਾ ਉਹ ਠੋਕ ਵਜਾ ਕੇ ਰੂਲ ਆਫ ਲਾ ਦੇ ਹਿਸਾਬ ਨਾਲ ਰੱਖਾਂਗੇ ਥੈਂਕ ਯੂ ਸਰ ਸਾਹਿਬ ਕਹਿੰਦੇ ਕਿ ਪਾਣੀ ਦੀ ਜਿੱਦ ਪਾਣੀ ਦੇ ਵੰਡ ਦੀ ਗੱਲ ਹੈ ਪਾਣੀ ਦਾ ਵੰਡ ਕਹਿੰਦੇ ਉਹ ਟਿਊਬਨ ਦੇਖੀਏ ਕਿ ਕਨਾਲ ਦਾ ਵੰਡ ਨਹੀਂ ਕਨਾਲ ਚ ਜੀ ਵੰਡਿਆ ਨਹੀਂ ਚਾਹੀਦੀ ਫਿਰ ਭਾਵੇਂ ਪਾਣੀ ਪੰਜਾਬ ਤੋਂ ਹਰਿਆਣਾ ਜਾਵੇ ਜਾਂ ਹਰਿਆਣਾ ਤੋਂ ਪੰਜਾਬ ਜਾਵੇ ਇਹ ਤਾਂ ਬਾਅਦ ਦੀ ਗੱਲ ਹੈ ਨਹੀਂ 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 ਅਲਟੀਮੇਟਲੀ ਜਦੋਂ ਤੋੜ ਕੇ ਗੱਲ ਕਰ ਜੀ 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 ਉਹਨੇ ਕਿਹਾ ਕਿ ਸੁਪਰੀਮ ਕੋਰਟ ਦੀ ਜਿਹੜੀ ਗੱਲ ਹੈ ਇਹ ਉਹ ਕੰਸਟਰਕਸ਼ਨ ਆਫ ਐਸਵਾਈਐਲ ਵੀ ਹੈ ਇਹ ਬੇਸਿਕਲੀ ਤੇ ਪਾਣੀ ਦੀ ਗੱਲ ਨਹੀਂ ਪਾਣੀ ਵੰਡ ਦੀ ਗੱਲ ਹੀ ਹੈ ਦੇਖੋ ਮੇਰੀ ਗੱਲ ਸੁਣੋ ਨਹਿਰ ਨਹਿਰ ਜਦੋਂ ਪਾਣੀ ਨਹੀਂ ਹੈਗਾ ਤੇ ਨਹਿਰ ਚੋਂ ਕੀ ਵਗੋਣਾ ਦੱਸੋ ਕਾਦਰੀ ਨਹਿਰ ਬਣਨੀ ਚਾਹੀਦੀ ਨਾਲੇ ਅਸੀਂ ਤੇ ਕੱਲ ਮੁੱਖ ਮੰਤਰੀ ਜੀ ਨੇ ਤੇ ਬੜਾ ਅੱਛਾ ਉਹਨਾਂ ਨੂੰ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਜਾਂ ਤੇ S Y L ਬਣਾਈ ਜਾਵੇ ਜਾਂ ਅਲਟਰਨੇਟਿਵ ਜਿਹੜਾ ਕੋਈ ਆਪਸ਼ਨ ਜਿਹੜੀ ਉਹ ਦੱਸੀ ਜਾਵੇ ਤੇ ਅਸੀਂ ਆਪਸ਼ਨ ਦੇ ਦਿੱਤੀ ਕਿ S O L ਨਹੀਂ Y S L ਬਣਾਈ ਜਾਵੇ ਤਾਂ ਕਿ ਪੰਜਾਬ ਔਰ ਹਰਿਆਣਾ ਦੋਨਾਂ ਦੀ ਪੂਰਤੀ ਹੋਵੇ ਤਾਂ ਸਰ ਦੂਸਰੇ ਪਾਸੇ ਜਿਹੜੇ ਗੋਲਕ ਵਾਲਾ ਬਿਆਨ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਉਹ ਤੋਂ ਤੇ ਵਿਵਾਦ-ਵਾਦ ਹੋ ਰਿਹਾ ਹੈ ਕਿ ਅਜਾ S G P C ਨੇ ਕਿਹਾ ਹੈ ਕਿ ਜਨਤਕ ਤੌਰ ਤੇ ਮੁੱਖ ਮੰਤਰੀ ਤੋਂ ਮਾਫੀ ਮੰਗਣੀ ਚਾਹੀਦੀ ਕਿਹੜਾ ਤੁਹਾਨੂੰ ਦੇਖੋ ਮੇਰੀ ਗੱਲ ਸੁਣੋ ਐਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਆ ਸਾਰੇ ਉਹਦਾ ਸਤਿਕਾਰ ਕਰਦੇ ਆ ਲੇਕਿਨ ਜਿਸ ਤਰੀਕੇ ਨਾਲ ਪਿਛਲੇ ਸਾਲਾਂ ਚ ਉਸ ਸੰਸਥਾ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੀ ਆ ਇਹ ਤੇ ਆਮ ਸੁਧਾਰਨ ਲੋਕਾਂ ਚ ਹੀ ਚਰਚਾ ਬਣ ਗਈ ਆ ਵੀ ਗੋਲਖ ਚੋਰ ਤੇ ਫਲਾਨਾ ਕਿਸ ਕਿਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਆ ਲੇਕਿਨ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਹਦੇ ਲਈ ਜ਼ਿੰਮੇਵਾਰ ਉਹ ਆ ਜਿਨ੍ਹਾਂ ਦੀਆਂ ਜੇਬਾਂ ਚ ਐਜੀਪੀਸੀ ਦੇ ਪ੍ਰਧਾਨ ਨਿਕਲਦੇ ਆ ਬਣਦੇ ਆ ਨਹੀਂ ਤੇ ਆਦਰਵਾਈਜ਼ ਐਸਜੀਪੀਸੀ ਦੀ ਜਿਹੜੀ ਸਥਾਪਨਾ ਹੋਈ ਸੀ ਜਿਸ ਕਰਕੇ ਉਹ ਬਣੀ ਸੀ ਜਿਹੜਾ ਉਹਦੇ ਪਿੱਛੇ ਸੰਘਰਸ਼ ਹੈ ਜਿਹੜਾ ਉਹਦੇ ਪਿੱਛੇ ਇੱਕ ਸੋਚ ਹੈ ਉਹ ਤੇ ਬਹੁਤ ਪਾਕ ਪਵਿੱਤਰ ਹੈ ਉਹਦੇ 'ਚ ਕੋਈ ਦੋਰਾ ਹੀ ਨਹੀਂ ਹੈ ਪਰ ਜੇ ਗੱਲ ਕਰੀਏ ਐਸਵਾਈ ਜਾਂ ਦੀ ਹੈ ਵਾਈਐਸਐਲ ਦੀ ਵਾਈਐਸਐਲ ਦੇ ਵਿੱਚ ਬਣਨੀ ਤਾਂ ਉੱਥੇ ਵੀ ਉਸ ਉਸ ਸਮੇਂ ਵੀ ਨਹਿਰ ਜੇ ਵਾਈਐਸਐਲ ਦੀ ਕਿਤਨੇ ਕਿਤਨੇ ਕੰਸੀਡਰ ਹੋ ਜਾਂਦਾ ਮੈਂ ਤਾਂ ਫੇਰ ਵੀ ਬਣੂਗੀ ਕਿਉਂਕਿ ਪਾਣੀ ਨਹੀਂ ਜੇ ਪਾਣੀ ਖਾਰੇ ਤੋਂ ਯਮੁਨਾ ਚ ਸਤਲੁਜ ਚ ਲਿਆ ਜਾਂਦਾ ਤਾਂ ਫੇਰ ਵੀ ਬਣੂਗੀ ਬਿਨਾ ਨਹਿਰ ਤੋਂ ਪਾਣੀ ਪੋਸੀਬਲ ਨਹੀਂ ਹੋਗਾ ਤੇ ਬਣਾਉਣ ਨਾ ਮੇਰੀ ਗੱਲ ਸੁਣੋ ਯਮਨਾ ਚ ਐਕਸੈਸ ਵਾਟਰ ਹੈ ਜਿਹਦੇ ਕਰਕੇ ਈਸਟਰਨ ਯੂਪੀ ਐਂਡ ਬਿਹਾਰ ਚ ਹਰ ਸਾਲ ਬਾੜਾ ਹੁੰਦੀ ਔਰ ਇਹ ਇਹ ਦੇ ਇਦੇ ਵਾਸਤੇ ਇੱਕ ਪ੍ਰਪੋਜ਼ਲ ਬਹੁਤ ਸਾਲ ਪਹਿਲਾਂ ਪਾਸ ਵੀ ਹੋ ਚੁੱਕਿਆ ਹੈ ਕਿਉਂ ਨਹੀਂ ਸੈਂਟਰ ਇਹਦੇ ਬਾਰੇ ਸੋਚੇ ਔਰ ਹਰਿਆਣੇ ਦੀ ਪੂਰਤੀ ਕਰੇ ਪੰਜਾਬ ਦੀ ਪੂਰਤੀ ਕਰੇ ਬਾਕੀ ਭਾਵੇਂ ਦੂਜੀਆਂ ਸਟੇਟਾਂ ਨੂੰ ਲੈ ਜਾਣ ਪਾਣੀ ਦੀ ਸਹੀ ਤਰੀਕੇ ਨਾਲ ਵਰਤਾ ਹੋਵੇ ਲੇਕਿਨ ਐਸਆਈਐਲ ਵਾਸਤੇ ਕੋਈ ਗੁੰਜਾਇਸ਼ ਨਹੀਂ ਨਾ ਪਾਣੀ ਹੈ ਨਾ ਜ਼ਮੀਨ ਹੈ ਨਾ ਨੀਅਤ ਹੈ ਨਾ ਨੀਤੀ ਹੈ ਤੇ ਨਾ ਲੋੜ ਹੈ ਉਸੀ ਕਹਿ ਰਹੇ ਕਿ ਬਾਦਲ ਸਾਹਿਬ ਜਮੀਨਾ ਅਕਵਾਇਰ ਦੀ ਗੱਲ ਕੀਤੀ ਪਰ ਕਹਿੰਦੇ ਉਸ ਸਮੇਂ ਦੇ ਵਿੱਚ ਇਹ ਵੀ ਜਿੰਨਾ ਤੱਕ ਕੀਤਾ ਗਿਆ ਕਿ ਜਿਹੜੇ ਚੈੱਕ ਦਿੱਤੇ ਗਏ ਸੀ ਇਹਨਾਂ ਦਾ ਤਾਂ ਉਹ ਵੀ ਵਾਪਸ ਕਰ ਦਿੱਤੇ ਗਿਆ ਜਿਹੜੇ ਜ਼ਮੀਨਾ ਅਕਵਾਇਰ ਕੀਤੀਆਂ ਗਈਆਂ ਸੀ ਉਹ ਜ਼ਮੀਨਾ ਵੀ ਵਾਪਸ ਕਰ ਦਿੱਤੀ ਗਿਆ ਮੈਂ ਕਹਿ ਰਿਹਾ ਜਦੋਂ 1 ਮਾਰਚ 1978 ਨੂੰ ਦੇਵੀ لال ਜੀ ਨੇ ਭਾਸ਼ਣ ਦਿੱਤਾ ਔਰ ਬਾਦਲ ਸਾਹਿਬ ਦੀ ਦੋਸਤੀ ਦਾ ਹਵਾਲਾ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਸਮਾਗਮ ਦੀ ਰੂਪਰੇਖਾ ਤੈਅ ਕਰਕੇ ਔਰ ਬਤੌਰ ਚੀਫ ਗੈਸਟ ਟੋੜਾ ਸਾਹਿਬ ਨੂੰ ਇਨਵਾਈਟ ਕਰਨ ਵਾਸਤੇ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਤੇ ਟੋੜਾ ਸਾਹਿਬ ਨੇ ਇਦਾਤਰਾਜ ਕੀਤਾ ਮੈਂ ਤੇ ਔਨ ਰਿਕਾਰਡ کہہ ਰਿਆਂ ਟੋੜਾ ਸਾਹਿਬ ਦੇ ਦਬਾਬ ਕਰਕੇ ਕਿਉਂਕਿ ਇਹ ਪੰਜਾਬ 'ਚ ਗੱਲ ਫੈਲ ਗਈ ਬਾਦਲ ਸਾਹਿਬ ਨੇ ਕੇਸ ਵਟ ਲਈ ਮਨਾ ਨਹੀਂ ਕੀਤਾ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਚਲੇ ਗਈ ਲੇਕਿਨ ਮੈਂ ਇਹ ਕਹਿ ਰਿਆਂ ਇਹਨਾਂ ਦੀ ਮਨਛਾ ਇਹਨਾਂ ਦੀ ਨੀਅਤ ਇਹਨਾਂ ਦੀਆਂ ਕਰਤੂਤ ਕੀ ਰਹੀ ਆ ਕਿ ਆਪਣੀ ਦੋਸਤੀ ਪਗਾ ਲੋ ਪੰਜਾਬ ਠੱਠੇ ਖੂਜ ਜਾਵੇ ਇਹ ਹਾਲਾਤ ਰਹਿ ਆ ਇਹ ਹਿਸਟੋਰੀਕਲ ਫੈਕਟ ਹੈ ਇਹ ਵਿਧਾਨ ਸਭਾ ਦੇ ਡਾਕੂਮੈਂਟਸ 'ਚ ਸਾਰਾ ਪਿਆਸ ਕਾਗਜ਼ 'ਤੇ ਆ ਕਾਗਜ਼ ਬੋਲਦੇ ਆ ਹਾਂਜੀ ਦਰਬਾਰ ਸਾਹਿਬ ਨੂੰ ਭਾਂਡੇ ਮੰਨ ਦੀ ਸੇਵਾ ਉਹ ਵਾਲੀ ਸੀ ਸੇਵਾ ਕਰਦੇ ਹਜ਼ਰ ਹੈ ਕੋਈ ਪ੍ਰਵਾਹ ਜੀ ਜੀ ਨਹੀਂ ਸੇਵਾ ਕਰਨੀ ਚਾਹੀਦੀ ਆ ਦੇਖੋ ਦਰਬਾਰ ਸਾਹਿਬ ਸਾਰੀ ਦੁਨੀਆ ਜਾਂਦੀ ਹੈ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਜਿਹੜੇ ਪਾਪ ਕੀਤੇ ਆ ਜਿਹੜੇ ਆਮ ਚਰਚਾ ਹੈ ਲੋਕਾਂ 'ਚ ਉਹ ਪਾਪਾਂ ਦੀ ਭੁੱਲਾਂ ਬਖਸ਼ੋਣ ਵਾਸਤੇ ਗਏ ਆ ਕਿ ਚਲੋ ਮੈਂ ਹੁਣ ਇਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਲੇਕਿਨ ਗੁਰੂ ਸਾਹਿਬ ਦੇ ਚਰਨਾਂ ਸਾਰੇ ਸੇਵਾ ਕਰਨ ਜਾਂਦੇ ਜਾਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੀ 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 ਧਰਮਾਂ ਨੂੰ ਸਨਿਆਨ ਬਣਾਉਣਾ ਹਰ ਇੱਕ ਸ਼ਾਇਦ ਤੁਹਾਨੂੰ ਲੱਗ ਰਹੇ ਨੇ ਅੱਡਰ ਮੰਗਾਂ ਨੂੰ ਲੈ ਅੱਜ ਵੀ ਟਰੱਕ ਯੂਨੀਅਨ ਵਾਲਾ ਬੰਦ ਕਰਾਤਾ ਲਤੀਪੁਰੇ ਵਾਲਾ ਮਸਲਾ ਵੀ ਹੱਲ ਕਰੇ ਦੇਖੋ ਮੇਰੀ ਗੱਲ ਇੱਕ ਮੇਰੀ ਬੇਨਤੀ ਸੁਣੋ ਸਰਕਾਰ ਦੀ ਮੰਸ਼ਾ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਬਹੁਤ ਟ੍ਰਾਂਸਪੇਰੈਂਟ ਹੈ ਜ਼ਿੰਮੇਵਾਰ ਹੈ ਔਰ ਲੋਕਾਂ ਦੇ ਹਿੱਤ ਵਾਸਤੇ ਆ ਨਿੱਜੀ ਹਿੱਤ ਨਹੀਂ ਦੇਖੇ ਜਾ ਰਹੇ ਚਾਹੇ ਉਹ ਐਸਵਾਈਐਲ ਦਾ ਮੁੱਦਾ ਹੋਵੇ ਵਾਈਐਸਐਲ ਦਾ ਮੁੱਦਾ ਹੋਵੇ ਜਾਂ ਨਵੇਂ ਨੌਕਰੀਆਂ ਦੇਣ ਦੀ ਗੱਲ ਹੋਵੇ ਹਰੇਕ ਇਸ਼ੂ ਤੇ ਸੋ ਡੈਫੀਨੇਟਲੀ ਸਾਡੀ ਕੋਸ਼ਿਸ਼ ਇਹੀ ਹੈ ਔਰ ਅਸੀਂ ਵੀ ਚਾਹਾਂਗੇ ਕਿ ਜਿਹੜੇ ਵੀ ਕੋਈ ਤਰਨਾ ਪ੍ਰਦਰਸ਼ਨ ਦਾ ਰਾਜਨੀਤੀ ਨੂੰ ਪ੍ਰੇਰਿਤ ਹੋ ਕੇ ਨਾ ਲੋਣ ਸੰਵਾਦ ਲਈ ਸਰਕਾਰ ਹਮੇਸ਼ਾ ਤਿਆਰ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਨਵੇਂ ਸਾਲ ਦੀਆਂ ਮੁਬਾਰਕਾਂ